ਸ਼ਹਿਰ ਦੇ ਵਿੱਚ ਰਾਮਪੁਰਾ ਫੂਲ ਦੇ ਵਿੱਚ ਕੰਮ ਕਰਦੇ ਸਨ। ਮਜ਼ਦੂਰੀ ਘਰੋਂ ਤੜਕੇ ਤਿਆਰ ਵਿਆਰ ਹੋ ਕੇ ਗਏ ਹਨ। ਕਰਜ਼ੇ ਵਾਲੇ ਘਰ ਆ ਕੇ ਧਮਕੀ ਦਿੰਦੇ ਸਨ। ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ, ਅਸੀਂ ਤੁਹਾਡਾ ਕਰਜ਼ਾ ਵਾਪਸ ਕਰਾਂਗੇ, ਜਿਵੇਂ ਮਰਜ਼ੀ ਮੋੜੀਏ। ਉਹਨਾਂ ਨੇ ਕੋਈ ਸਾਡੀ ਸੁਣੀ ਨਹੀਂ, ਅਸੀਂ ਉਹ ਕਰਾਂਗੇ, ਅਸੀਂ ਯਾਹ ਕਰਾਂਗੇ, ਧਮਕੀਆਂ ਦਿੱਤੀਆਂ। ਉਹਨਾਂ ਨੇ ਇਸ ਗੱਲ ਦੀ ਪਰੇਸ਼ਾਨੀ ਮੰਨ ਕੇ ਸ਼ਹਿਰ ਨੂੰ ਚਲੇ ਗਏ ਅਤੇ ਉਸ ਤੋਂ ਬਾਅਦ 'ਚ ਵਾਪਸ ਘਰ ਆਏ ਨਹੀਂ। ਅਸੀਂ ਉਹਨਾਂ ਨੂੰ ਉਡੀਕ ਰਹੇ ਸੀ ਵੀ ਆਉਣਗੇ, ਕਦੇ ਘਰ ਸਾਡੇ ਨਾਲ ਕੌੜਾ ਮਿੱਠਾ ਜਮੀਨ ਸੀ ਬੋਲੇ। ਉਹਨਾਂ ਦੇ ਕਰਜ਼ੇ ਦੇ ਬਾਬਤ ਪਰੇਸ਼ਾਨੀ ਦੇ ਵਿੱਚ ਅਤੇ ਉਹਨਾਂ ਨੇ ਆਪਦੀ ਆਤਮ ਹੱਤਿਆ ਕੀਤੀ ਹੈ। ਮੇਰਾ ਨਾਮ ਜਸਵੀਰ ਕੌਰ ਹੈ ਜੀ। ਪਿੰਡ ਕੌੜਾ ਕੋਰੜਾ, ਜ਼ਿਲ੍ਹਾ ਬਠਿੰਡਾ, ਤਹਿਸੀਲ ਫੂਲ। ਮੈਂ ਕੋਰੜਾ ਪਿੰਡ ਦੀ ਰਹਿਣ ਵਾਲੀ ਹਾਂ ਅਤੇ ਮੇਰੇ ਘਰ ਵਾਲੇ ਦਾ ਨਾਮ ਵਿਕਰ ਸਿੰਘ ਸੀ ਅਤੇ ਦੋ ਮੇਰੇ ਬੱਚੇ ਹੈ ਅਤੇ ਉਹਨਾਂ ਦੀ 2008-11-07 ਨੂੰ ਮੌਤ ਹੋਈ ਹੈ। ਕਰਜ਼ੇ ਦੇ ਕਾਰਨ ਸਾਡੇ ਘਰ ਵਿੱਚ ਤੰਗੀ ਬਹੁਤ ਜ਼ਿਆਦਾ ਸੀ। ਉਹਨਾਂ ਦੇ ਕਰਜ਼ੇ ਦੇ ਬਾਬਤ ਪਰੇਸ਼ਾਨੀ ਦੇ ਵਿੱਚ ਅਤੇ ਉਹਨਾਂ ਨੇ ਆਪਦੀ ਆਤਮ ਹੱਤਿਆ ਕੀਤੀ ਹੈਗੀ। ਅਤੇ ਹੁਣ ਉਸ ਤੋਂ ਬਾਅਦ ਮੈਂ ਬੜੀ ਦੁਖੀ ਹਾਂ। ਬੱਚੇ ਪਾਲਣ ਪੋਸ਼ਣ ਮੈਥੋਂ ਨਹੀਂ ਹੁੰਦਾ ਹੈ, ਸਰਕਾਰ ਨੇ ਮੈਨੂੰ ਕੋਈ ਮਦਦ ਨਹੀਂ ਦਿੱਤੀ। ਮੈਂ ਬੜੀ ਤੰਗ ਹਾਂ ਇਸ ਕਾਰਨ ਤੋਂ। ਵਿਕਰ ਸਿੰਘ ਵਰਗੇ ਅਜਿਹੇ ਕਈ ਕਿਸਾਨ ਹਨ ਜੋ ਕਿ ਆਰਥਿਕ ਤੰਗੀ ਕਰਕੇ ਖੁਦਕੁਸ਼ੀ ਸ਼ਿਕਾਰ ਹੋ ਗਏ ਹਨ। ਵਿਕਰ ਸਿੰਘ ਵਰਗੇ ਕਿਸਾਨਾਂ ਦੇ ਨਾਮ ਸਿਰਫ ਸਰਕਾਰੀ ਫਾਈਲਾਂ ਵਿੱਚ ਦਰਜ ਹੋ ਕੇ ਰਹਿ ਗਏ ਹਨ। ਸੋ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਦੀ ਕਦੋਂ ਅੱਖਾਂ ਖੁੱਲ੍ਹਣਗੀਆਂ ਅਤੇ ਸਰਕਾਰ ਇਹਨਾਂ ਪੀੜਿਤ ਪਰਿਵਾਰ ਦੀ ਮਦਦ ਕਰੇ। ਸਾਡੇ ਦੇਸ਼ ਵਿੱਚ ਕਿਹਾ ਜਾਂਦਾ ਹੈ ਖੇਤੀ ਪ੍ਰਧਾਨ ਦੇਸ਼ ਹੈ, ਇੱਥੇ 2/3 ਆਬਾਦੀ ਜਿਹੜੀ ਉਹ ਕਿਸਾਨਾਂ ਦੀ ਹੈ, ਇਹਨਾਂ ਦੇ ਨਾਲ ਮਜ਼ਦੂਰ ਹੈ, ਪਿੰਡਾਂ 'ਚ ਰਹਿੰਦਾ, ਉਹਨਾਂ ਦਾ ਇਟਸ ਏ ਵੇ ਆਫ ਲਾਈਫ ਫੋਰ ਦੈਮ। ਇਹ ਕਮਰਸ਼ੀਅਲ ਐਕਟੀਵਿਟੀ ਹੈ। ਅਨਪੜ੍ਹ ਨੇ ਜਾਂ ਅੱਧ ਪੜ੍ਹੇ ਨੇ ਕਿਸਾਨ, ਕੋਈ ਇਹਦਾ ਹਿਸਾਬ ਨਹੀਂ ਰੱਖਦਾ, ਕੁਛ ਕਰਦਾ ਨਹੀਂ। ਉਹਨਾਂ ਨੇ ਆਪਣੀ ਜ਼ਿੰਦਗੀ ਇਹਦੇ ਸਿਰ 'ਤੇ ਜਿਉਣੀ ਹੈ, ਇਸ ਕਰਕੇ ਉਹ ਕੰਮ ਕਰੀ ਜਾਂਦੇ ਨੇ, ਪੈਦਾ ਕਰੀ ਜਾਂਦੇ ਨੇ, ਟੇਕ ਲਾਈ ਜਾਂਦੇ ਨੇ। ਪਰ ਅੱਗੋਂ ਸਰਕਾਰ ਹੈ ਜਿਹਦੀ ਪੋਲਿਸੀ ਐਸੀ ਹੈ ਵੀ ਉਹਨਾਂ ਨੇ ਕਿਸਾਨ ਨੂੰ ਨਾ ਮਰਨ ਦੇਣਾ, ਨਾ ਜਿਉਂਦਾ ਰਹਿਣ ਦੇਣਾ। ਪੰਜਾਬ ਸਰਕਾਰ ਦੁਆਰਾ ਕਰਵਾਏ ਗਏ ਸਰਵੇ ਅਨੁਸਾਰ ਇਹ ਰਿਪੋਰਟ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਦੇ ਕਾਰਨ ਮਾਲਵਾ ਏਰੀਆ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ, ਜਿਨ੍ਹਾਂ ਵਿੱਚ ਬਰਨਾਲਾ, ਬਠਿੰਡਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਇਹਨਾਂ ਜ਼ਿਲ੍ਹਿਆਂ ਵਿੱਚ ਸਭ ਤੋਂ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਰਿਪੋਰਟ ਵਿੱਚ ਇਹ ਤੱਤ ਵੀ ਸਾਹਮਣੇ ਆਏ ਹਨ ਕਿ ਜਿਨ੍ਹਾਂ ਕਿਸਾਨਾਂ ਦੀ 5 ਏਕੜ ਜਾਂ ਉਸ ਤੋਂ ਘੱਟ ਜ਼ਮੀਨ ਸੀ, ਉਹਨਾਂ ਵੱਲੋਂ ਹੀ ਖੁਦਕੁਸ਼ੀਆਂ ਕੀਤੀਆਂ ਗਈਆਂ ਹਨ। ਅਸੀਂ ਪੰਜਾਬ ਦੇ ਵੱਖ ਵੱਖ ਪਿੰਡਾਂ ਦਾ ਇਹ ਸਰਵੇ ਕੀਤਾ ਕਿ ਉੱਥੇ ਕਿਸਾਨੀ ਦੀ ਹਾਲਤ ਕਿਹੋ ਜਿਹੀ ਹੈ। ਕਿਸਾਨ ਅੱਜ ਕਰਜ਼ੇ ਥੱਲੇ ਨੇ, ਕਿਸਾਨ ਅੱਜ ਆਰਥਿਕ ਤੰਗੀ ਦੇ ਵਿੱਚੋਂ ਗੁਜ਼ਰ ਰਹੇ ਨੇ, ਕਿਸਾਨ ਅੱਜ ਆਤਮ ਹੱਤਿਆਵਾਂ ਕਰ ਰਹੇ ਨੇ। ਕਿਸਾਨ ਹੀ ਨਹੀਂ, ਇਹਨਾਂ ਦੇ ਨਾਲ ਜਿਹੜਾ ਕਿਸਾਨੀ ਅਤੇ ਖੇਤੀ ਉੱਤੇ ਨਿਰਭਰ ਕਰਨ ਵਾਲਾ ਜਿਹੜਾ ਦੂਜਾ ਤਬਕਾ ਹੈ, ਖੇਤ ਮਜ਼ਦੂਰ, ਉਹ ਵੀ ਜਿਹੜੇ ਆਰਥਿਕ ਤੰਗੀ ਤਰੁਸ਼ੀ ਦੇ ਵਿੱਚੋਂ ਗੁਜ਼ਰਦੇ ਹੋਏ ਜਿਹੜੇ ਇਸ ਸੰਕਟ ਕਰਕੇ ਖੁਦਕੁਸ਼ੀਆਂ ਦਾ ਰਸਤਾ ਅਖਤਿਆਰ ਕਰ ਰਹੇ ਨੇ। ਸੁਖਪਾਲ ਸਿੰਘ ਹੈ ਜੀ, ਪਿੰਡ ਬੁਰਜ ਹਰੀਆ। ਇਹ ਮੇਰਾ ਭਰਾ ਮੇਜਰ ਸਿੰਘ ਹੈ ਜੀ। ਕਰਜ਼ਾ ਦੇਣਾ ਸੀ 2.5 ਲੱਖ ਰੁਪਇਆ ਆੜ੍ਹਤੀਏ ਦਾ, ਕੁਛ ਬੈਂਕਾਂ ਦਾ ਕਰਜ਼ਾ ਦੇਣਾ ਸੀਗਾ ਜੀ। ਕੁਛ ਉਹ ਘਰ ਆ ਕੇ ਧਮਕੀ ਦੇਣ ਲੱਗਾ, ਕਹਿੰਦੇ ਮੈਂ ਜ਼ਮੀਨ ਐਂ ਕਰੂੰ ਵਾਹ ਕਰੂੰ, ਅਸੀਂ ਅੱਖ ਵੀ ਕੋਈ ਨਹੀਂ ਦੇ ਦਿਆਂਗੇ ਜੀ ਕਰਜ਼ਾ। ਉਹ ਗੁੱਸੇ ਦੇ ਵਿੱਚ ਆ ਕੇ ਘਰੋਂ ਵੱਗ ਗਏ ਜੀ। ਘਰੋਂ ਜਾ ਕੇ ਉਹਨੇ ਖੁਦਕੁਸ਼ੀ ਕਰ ਲਈ ਜੀ। ਮੁੜ ਕੇ ਜਦੋਂ ਅਸੀਂ ਪਤਾ ਲੱਗਿਆ ਸਾਨੂੰ ਦੂਜੇ ਦਿਨ ਤੜਕੇ ਵੀ ਐਂ ਕਰਕੇ ਲਾਸ਼ ਫਲਾਣੇ ਥਾਂ ਪਈ ਹੈ ਜੀ। ਫਿਰ ਅਸੀਂ ਜਾ ਕੇ ਚੱਕ ਕੇ ਲਿਆਂਦਾ। ਉਦੋਂ ਬਾਅਦ ਅਸੀਂ ਆੜ੍ਹਤੀ ਜਿਹੜੇ ਕੋਈ ਪੈਸੇ ਦੇਣੇ ਸੀ ਆਪਦੀ ਜ਼ਮੀਨ ਵੇਚ ਕੇ ਉਹਦੇ ਸ਼ਾਵਰ ਲੈਣ ਦੇਣ ਦਿੱਤਾ ਜੀ। ਇਸ ਟਾਈਮ ਹੁਣ ਸਾਰੀ ਜਾਇਦਾਦ ਗਈ, ਸਾਰਾ ਕੁਛ ਕੋਲ, ਕੁਛ ਵੀ ਨਹੀਂ ਹੈ, ਖੁਦ ਦਿਹਾੜੀ ਕਰਦੇ ਹਾਂ। ਮੇਰਾ ਜ਼ਿਲ੍ਹਾ ਮਾਨਸਾ ਦੇ ਵਿੱਚ ਜਿਹੜਾ ਖੇਤੀ ਦਾ ਰਕਬਾ ਹੈ ਉਹ ਜਿਹੜੇ ਵੱਡੀ ਪੱਧਰ 'ਤੇ ਨਰਮਾ ਪੱਟੀ ਇਲਾਕਾ ਹੈ। ਨਰਮੇ ਨੂੰ
कौडियां दे भा लुटिया जा रहा है। इतना व्यापारी वर्ग सरकार जने सरकार का इस भा दे उत्ते कोई कंट्रोल नहीं है, जो कि साडे किसानां ते यह घट भा मिलण दे बहुत बड़े बोझ पै रहे हैं, जिस बोझ नूं ना सहारदे हुए किसान वो बड़ी पद्धर ते मेरे इलाका मानसा दे विच खुदकुशियां दा सिलसिला जिहड़ा वो बड़ी पद्धर ते चल रहा है। पंजाब सरकार ने सानूं यह रिपोर्ट असाइन की सी कि सानूं यह दस्या जाए कि वह किहड़े किहड़े किसान ने जिहड़े करजे की वजह करके खुदकुशी की, जिन्होंने तो असी देखा कि पिछले 11 साल के 2000 तो लैके 2011 तक पंजाब के इन 6 जिलों के 6600 तो वध किसानों ते खेत मजदूरों ने खुदकुशी की है। भावें कि सरकारी अंकड़े कुछ भी होण, परंतु करजे कारण मौत नूं गल लगाउण वाले किसानों की गिणती हुण तक 20,000 तो टप चुकी है। इन्हां विचों 66% किसान अजिहे हन जिन्हां की उम्र 20 to 40 साल के विचकार सी। पंजाब सरकार होवे भावें सेंटर सरकार होवे, कोई नहीं चाहुंदा भी असलियत नंगी होवे। दुनिया च इहनूं जिहनूं एग्रीकल्चर कंट्री कहिंदे आ, उत्थे तां होर भी अफसोसनाक पहलू है। दुनिया के किसी भी देश में किसान खुदकुशी नहीं करते, ये सिर्फ साडा ही देश है जिथे किसान खुदकुशी करता है। इन्नी सख्त मेहनत करने के बावजूद खुदकुशी लई मजबूर होना पैंदा। जेकर देश दा अन्नदाता ही भुखा सौण ਅਤੇ ਮੌਤ ਨੂੰ ਗਲੇ ਲਗਾਉਣ ਲਈ ਮਜਬੂਰ ਹੈ ਤਾਂ ਅਸੀਂ ਇਸ ਨੂੰ ਕਿਸ ਤਰ੍ਹਾਂ ਦੀ ਤਰੱਕੀ ਆਖ ਸਕਦੇ ਹਾਂ। ਇਹਨਾਂ ਕਿਸਾਨਾਂ ਦੇ ਵਿੱਚੋਂ ਜੇਕਰ ਅਸੀਂ ਦੇਖੀਏ ਤਾਂ ਕੌਣ ਨੇ ਉਹ ਜਿਹੜੇ ਖੁਦਕੁਸ਼ੀਆਂ ਕਰਦੇ ਨੇ? ਉਹ ਕਿਸਾਨ ਲਗਭਗ ਛੋਟੇ ਨੇ ਜਿਹੜੇ ਜ਼ਿਆਦਾ ਨੇ, ਜਿਨ੍ਹਾਂ ਵਿੱਚੋਂ ਲਗਭਗ 80% ਨੇ ਜਿਹੜੇ ਉਹ ਕਿਸਾਨ ਨੇ ਜਿਨ੍ਹਾਂ ਕੋਲ 5 acres ਤੋਂ ਘੱਟ ਜਿਹੜੀ ਜ਼ਮੀਨ ਹੈ। ਤਾਂ ਜਿੱਥੇ ਕਰਜ਼ੇ ਕਰਕੇ ਕਰ ਰਹੇ ਨੇ ਛੋਟੇ ਕਿਸਾਨ ਕਰ ਰਹੇ ਨੇ, ਅਤੇ ਇਸ ਤੋਂ ਸਾਫ ਹੈ ਸਾਨੂੰ ਕਿ ਇੱਕ ਆਰਥਿਕ ਸੰਕਟ ਹੈ ਜਿਹੜਾ ਭਾਰੂ ਰੂਪ ਦੇ ਵਿੱਚ ਆਇਆ। ਉਹਨਾਂ ਦਾ ਨਾਮ ਬਲਵਿੰਦਰ ਸਿੰਘ ਸੀ। ਉਹ ਘਰੋਂ ਚੰਗੀ ਭਲੀ ਰੋਟੀ ਖਾ ਕੇ ਗਏ ਨੇਗੇ ਅਤੇ ਬਸ ਖੇਤ ਚਲੇ ਗਏ। ਖੇਤ ਜਾ ਕੇ ਉਹਨਾਂ ਨੇ ਜ਼ਹਿਰੀਲੀ ਚੀਜ਼ ਸਪਰੇ ਪੀ ਲਈ ਅਤੇ ਉਹਨਾਂ ਨੇ ਜਦੋਂ ਕਰਜ਼ਾ ਸਾਥੋਂ ਲੈ ਨਾ ਹੋਇਆ, ਕਿਉਂ ਸਾਡੀ ਸਾਰੀ ਜਾਇਦਾਦ ਕਰਜ਼ੇ ਦੇ ਵਿੱਚ ਹੀ ਚਲੀ ਗਈ ਅਤੇ ਉਹਨਾਂ ਨੇ ਆਪਦੀ ਖੁਦਕੁਸ਼ੀ ਕਰ ਲਈ। ਜ਼ਿਆਦਾ ਫਿਰ ਪਤਾ ਨਹੀਂ, 5-7 lakh ਦਾ ਹੈਗੇ ਸੀਗੇ। ਕੀ ਕਾਰਨ ਸੀ ਕਰਜ਼ਾ ਲੈਣ? ਬਸ ਆਹੀ ਬਾਹਾਂ ਲੈ ਲਏ ਸੀ, ਡਿੱਕੇ ਲੈ ਲਏ ਜੀ। ਉਹ ਫਸਲ ਹੋਈ ਨਾ, ਫਸਲ ਨਾ ਹੋਣ ਕਰਕੇ ਫਿਰ ਉਸੇ ਟੁੱਟੀ ਆ ਉੱਥੇ। ਵੀ ਤੜਕ ਸਵੇਰੋਂ ਗਿਆ ਸੀਗਾ ਅਤੇ ਵੀ ਮੁੜ ਕੇ ਉਹਦੀ ਡਿੱਥੀ ਹੋਈ ਆ ਉੱਥੋਂ, ਅਤੇ ਵੀ ਬਾਣੀਆਂ ਦਾ ਰੌਲਾ ਸੀਗਾ ਕਰਜ਼ੇ ਦਾ, ਬਸ ਉੱਥੋਂ ਆ ਕੇ ਫਿਰ ਉਹਨੇ ਇਹੀ ਕੰਮ ਕਰ ਲਿਆ। ਉਹਨਾਂ ਪਰਿਵਾਰਾਂ ਦਾ ਬਹੁਤ ਮਾੜਾ ਹਾਲ ਹੈ ਅਤੇ ਇਸ ਤੋਂ ਬਾਅਦ 11% ਜਿਹੜੇ ਪਰਿਵਾਰ ਨੇ ਉਹ ਡਿਪਰੈਸ਼ਨ ਦੇ ਵਿੱਚ ਚੱਲ ਰਹੇ ਨੇ। 5% ਪਰਿਵਾਰ ਨੇ ਜਿਹੜੇ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਹਟਾ ਲਿਆ ਗਿਆ ਉਹਨਾਂ ਕੋਲ ਪੜ੍ਹਨਾ, ਅਤੇ 4-5% ਦੇ ਵਿੱਚ ਅਸੀਂ ਆਪਣੀਆਂ ਬੇਟੀਆਂ ਦੀਆਂ ਜਿਹੜੀਆਂ ਉਹਨਾਂ ਨੇ ਸ਼ਾਦੀਆਂ ਨੇ ਉਹਨੂੰ ਪੋਸਟਪੋਨ ਕੀਤਾ ਕਿ ਅੱਜ ਇੱਕ ਕ੍ਰਾਈਸਿਸ ਚੱਲ ਰਿਹਾ। ਅਤੇ ਹੁਣ ਇਹ ਆ ਵੀ ਸਾਰੀ ਯਾਦ ਤਾਂ ਬਹੁਤ ਆਉਂਦੀ ਹੈ ਜੀ, ਬੰਦੇ ਬਿਨਾਂ ਬੁੜੀ ਘੰਟਾ ਨਹੀਂ ਕੱਟ ਸਕਦੀ। ਦਾਦ ਲਿਖਤਾ ਸੀ 6-7 lakh ਘਰ ਵਾਸਤੇ, ਉਹ ਦਿੱਤਾ ਗਿਆ ਨਹੀਂ ਹੈਗਾ ਵੀ ਵਿਆਜ ਅਲੱਗ ਅਲੱਗ ਵਧੀ ਗਿਆ ਗਾ ਵੀ ਇਸ ਕੰਮ ਦੇ ਵਿੱਚ ਆ ਕੇ ਜਦੋਂ ਮੁੜਿਆ ਨਾ ਫਿਰ ਉਹਨੇ ਖੇਤ 'ਚ ਜਾ ਕੇ ਫਾਹਾ ਲਏ। 2 ਵਜੇ ਗਿਆ, ਸਾਨੂੰ 5 ਵਜੇ ਪਤਾ ਲੱਗਿਆ ਵੀ ਮੁੜਿਆ ਸਾਥ ਹੋਈ ਨਹੀਂ, ਵਿਆਜ ਅਲੱਗ ਅਲੱਗ ਵਧੀ ਗਿਆ। ਮੇਰਾ ਸੁਖਪਾਲ ਹੈ, ਪਿੰਡ ਦਾ ਨਾਂ ਤਾਮਕੋਟ ਹੈ, ਘਰ ਵਾਲੇ ਦਾ ਨਾਂ ਜਾਗਰ ਆ ਗਾ। ਵੀ ਦੇਣੇ ਲੈਣੇ 'ਚ ਇਹਨੇ ਆ ਖੁਦਕੁਸ਼ੀ ਕਰ ਲਈ, ਵੀ ਦੇਣਾ ਲੈਣਾ ਬਾਹਲਾ ਸੀ, ਆੜਤੀ ਧਮਕੀ ਦਿੰਦੇ ਸੀਗੇ ਵੀ ਦਿੱਤਾ ਸਾਥੋਂ ਗਿਆ ਨਹੀਂ ਹੈਗਾ। ਹੁਣ ਜੀ ਸਾਡਾ ਗੁਜ਼ਾਰਾ ਬਹੁਤ ਔਖਾ ਚੱਲਦਾ ਗਾ, ਆਮਦਨ ਹੈ ਹੀ ਨਹੀਂ ਗੀ, ਸਾਨੂੰ ਘਾਟ ਮਹਿਸੂਸ ਹੁੰਦੀ ਹੈਗੀ। ਹੁਣ ਵੀ 2 ਬੱਚੇ ਨੇ ਮੇਰੇ ਪੜ੍ਹਦੇ ਨੇ, ਹੁਣ ਅੱਗੇ ਤਾਂ ਵੀ ਚੱਲ ਹੀ ਜਾਂਦਾ ਸੀ, ਦੇਈ ਜਾਂਦਾ ਸੀ, ਹੁਣ ਸਾਨੂੰ ਆਪ ਨੂੰ ਬਹੁਤ ਔਖਾ ਗਾ। ਹੁਣ ਵੀ ਕਮਾਉਣ ਵਾਲਾ ਕੋਈ ਹੈ ਹੀ ਨਹੀਂ ਗਾ, ਹੁਣ ਸਾਡੇ ਬੈਠੀ ਆ ਕਦੇ ਕੁਛ ਕੱਤਣਾ ਕੱਤ ਲਿਆ, ਕਦੇ ਕੁਛ ਕਰ ਲਿਆ, ਆਹੀ ਟੀਂਡੇ ਟੁੰਡੇ ਕੱਢ ਦਿੰਦੀ। ਕੋਈ ਨਹੀਂ
कुछ परिवारों के असी देखा कि जिथे क्राइसिस चल रहा है बंदा कर्जे करके आत्महत्या का रस्ता अख्तियार कर गया। हुण तुसीं देखो कि इमेजिन करो कि अज वो बंदा जिहड़ा मेनली जिहड़ा कमाऊ बंदा सी वो अज है नहीं फैमिली दे विच, तां फैमिली दा की होया हुण जदों उहदे हुंदे हुई फैमिली जिहड़ी इन्नी ज़्यादा क्राइसिस दे विच चल रही सी। तां आफ्टर फैक्ट है कि 50% सानूं असीं केस इह देखणे जिथे अज कोई भी कमाऊ बंदा नहीं रहा। कोड़ां दा पिंड आ जी साडा ज़िला बठिंडा दे विच इह पैंदा जी। पिछले काफ़ी अरसे तों तकरीबन 20-25 नौजवान साढ़े खुदकुशियां करके तो बेरोजगारी करके भी तो कर्जे की मार थले आए सी। देश के अन्नदाता वालों इस करके मौत नूं गले लगाना कि वह देश का ढिड भरन लई खुद करजे के भार हेठ दब गया है इतिहास के पन्नियां ते लिखा गया एक कलंक जिहा अध्याय है। किसानी का करजा बैंकों तो नहीं सगों शाहूकारों का करजा, शाहूकारों का करजा जो अज किसानों सिर लगभग 38% जो करजा वो शाहूकारों का है, क्योंकि किसान पंजाब की पूरी किसानी सिर अज 35,000 करोड़ का करजा है जिन्हों में 62% बैंकों का 38% जरा आढ़तियों के दूजे शाहूकारों का। पर दूजे पासे कुछ अजिहे किसान भी हैं जिहड़े सख्त मेहनत नाल सहायक धंधे अपना के अपना परिवार पाल रहे हैं। जिनी देर तक असीं पंजाब नूं नवे अज दे हालात दे मुताबक समझ के कोई डाइवर्सीफिकेशन या कोई होर धंधे ना देंगे तो इत्थे चाओस क्रिएट हो जाएंगे। मेरा यह मनना है भाई डेयरी का धंधा कुछ समय लई किसानां नूं घट्टो घट 15-20 साल लई बचा सकता है, राहत दे सकता है, क्योंकि जिहदे कोल 2.5 किले 2 किले 1 हेक्टेयर भी जमीन है 0.5 किले दे विचों अपना शैड पा ले पशुओं वास्ते, 2 किले उहदे कोल चारे वास्ते या अपने खाण वास्ते, 1-1.5 किला चारा हो गया बाकी 0.5 किला खाण नूं कणक करदी होगी उहदा गुजारा वधिया हो सकदा है, बशर्ते कि वह दुध नूं खरीदण वास्ते प्रबंध होर चंगे कीते जाण और इंडस्ट्री प्रोसैसिंग इंडस्ट्री जिहड़ी पहलां है उहदी कपैसिटी वधाई जाए ते जिहड़ी नवीं आ होर इत्थे लाई जाए। जिहड़ियां जिवें सहायक धंधे किन्ने ज़्यादा हैगे ने, खास तौर पर जिहड़ी ऑरगैनिक खेती हैगी है उन्हों भी आपां अपना सकते हैं, क्योंकि जे आम जिहड़ी पेस्टिसाइड वाली खेती हैगी जे उहदी कणक दा रेट मतलब 1,300 या 1,350 रुपये तो जी जे आपां मतलब ऑरगैनिक जिहड़ी कुदरती खेती अपनाने तां वह 2,500-2,600 रुपये रेट आपां नूं मिलदा है, तो इस करके इहदे नाल भी अपना बचत भी हो सकती है तो आपां निरोग भी रख सकते हैं लोगों। कुछ एरियाज ने साढ़े मेरा ये मनना है कि हर वड्डे शहर के आले दुआले घट्टो घट 2-2 किलोमीटर के या 3-3 किलोमीटर एरिए असी सब्जी नूं इनकरेज करिए, वो सब्जी बैल्ट बना दी हर वड्डे शहर च, लुधियाना पटियाला बठिंडा जलंधर अमृतसर और खन्ना भी है ये आले दुआले 3 किलोमीटर होंगी भी है सब्जी, पर असी इनू इनकरेज करिए सारी सबसिडीज असी उस फसल वास्ते जिहड़ी फसल किसी एरिए देती उत्थे असी, पर थोड़ा एरिया रह जाए पैडी वास्ते असी जो अज असी पैदा करते हैं उहदे नूं 1/3 रहे तो असी पानी बचा सकांगे तो असी स्टेट नूं बचा सकांगे। इहदे बिना साडा इदां प्लैन किए बगैर पंजाब की खेती नहीं बचनी, पंजाब की खेती नहीं बचनी, पंजाब के किसान नहीं बचने और सुसाइड इक्का दुक्का इस वेले हो रही हैं, फिर मास लैवल पर जदों गड़बड़ होएगी फिर अनारकी फैलेगी वो देश लई हित च नहीं देश दे।